ਹੈਲੋ ਐਵਰੀਵਨ, ਆਈ ਹੋਪ ਯੂ ਆਲ ਆਰ ਵੈਲ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਛੋਟੀ ਜਿਹੀ ਵੀਡੀਓ ਦੇ ਵਿੱਚ। ਅੱਜ ਆਪਾਂ ਬਰਨਾਲਾ ਸ਼ਹਿਰ, ਜੋ ਕਿ ਪੰਜਾਬ ਦੇ ਵਿੱਚ ਲੋਕੇਟਡ ਆ, ਉਹਦੇ ਬਾਰੇ ਬਰੀਫ ਦੇ ਵਿੱਚ ਜਾਣਾਂਗੇ। ਉਹਦੀ ਹਿਸਟਰੀ, ਹਿਸਟੋਰੀਕਲ ਪਲੇਸ, ਪੋਲੀਟੀਕਲ ਹਿਸਟਰੀ, ਪੋਲੀਟੀਕਲ ਪ੍ਰੈਜੈਂਟ ਐਂਡ ਫੇਮਸ ਪਲੇਸਿਸ, ਇੰਡਸਟਰੀ ਐਕਸੈਟਰਾ ਐਂਡ ਜੀਓਗ੍ਰਾਫਿਕਲ ਏਰੀਆ। ਇਹਨਾਂ ਟੌਪਿਕਸ ਦੇ ਵਿੱਚ ਆਪਾਂ ਅੱਜ ਬਰੀਫ ਦੇ ਵਿੱਚ ਚਰਚਾ ਕਰਾਂਗੇ। ਸੋ ਲੈਟਸ ਸਟਾਰਟ। ਐਜ਼ ਯੂ ਆਲ ਨੋ, ਪੰਜਾਬ ਇਜ਼ ਡਿਵਾਈਡਡ ਇਨ ਟੂ 3 ਪਾਰਟਸ, ਮਾਝਾ, ਮਾਲਵਾ ਐਂਡ ਦੁਆਬਾ, ਐਂਡ ਬਰਨਾਲਾ ਸਿਟੀ ਇਜ਼ ਲੋਕੇਟਡ ਇਨ ਦਾ ਮਾਲਵਾ। ਬਰਨਾਲਾ ਹੈਵ ਹਿਸਟਰੀ, ਹਿਸਟੋਰੀਕਲ ਪਲੇਸਿਸ, ਫੇਮਸ ਪਲੇਸਿਸ, ਜੀਓਗ੍ਰਾਫਿਕਲ ਏਰੀਆ, ਐਡਮਿਨਿਸਟ੍ਰੇਸ਼ਨ, ਐਂਡ ਬਰਨਾਲਾ ਇਜ਼ ਅ ਡਿਸਟ੍ਰਿਕਟ। ਲੈਟਸ ਡਿਸਕਸ ਦਿਸ ਟੋਪਿਕਸ ਇਨ ਬਰੀਫ। ਹਿਸਟਰੀ। ਬਰਨਾਲਾ ਦਾ ਸਭ ਤੋਂ ਪਹਿਲਾਂ ਨਾਮ ਹੁੰਦਾ ਸੀ ਅਨਾਹਤਗੜ੍ਹ। ਬਰਨਾਲਾ 2007 ਦੇ ਵਿੱਚ ਹੀ ਡਿਸਟ੍ਰਿਕਟ ਬਣਿਆ, ਉਸ ਤੋਂ ਪਹਿਲਾਂ ਬਰਨਾਲਾ ਡਿਸਟ੍ਰਿਕਟ ਨਹੀਂ ਹੁੰਦਾ ਸੀ। ਐਂਡ ਇੱਥੇ ਇੱਕ ਵਾਰ ਹੋਈ ਸੀ, ਦੇਰ ਇਜ਼ ਕ੍ਰੀਏਟਡ ਵਨ ਵਾਰ, ਮਤਲਬ ਇੱਥੇ ਇੱਕ ਲੜਾਈ ਹੋਈ ਸੀ ਜਿਹਦੇ ਵਿੱਚ 35,000 ਸਿੱਖ ਮਾਰੇ ਗਏ ਸੀ, ਇਨ ਵਿੱਚ 35 ਸਿੱਖ ਡਾਇਡ। ਐਂਡ ਨਾਓ ਵੀ ਟੋਕ ਅਬਾਊਟ ਹਿਸਟੋਰੀਕਲ ਪਲੇਸਿਸ। ਹੁਣ ਆਪਾਂ ਗੱਲ ਕਰਦੇ ਹਾਂ ਹਿਸਟੋਰੀਕਲ ਪਲੇਸਿਸ ਦੀ। ਹਿਸਟੋਰੀਕਲ ਪਲੇਸਿਸ ਇੱਥੇ ਹੈਗੀ ਆ, ਇੱਥੇ ਹੈ ਬੀਬੀ ਪ੍ਰਧਾਨ ਕੌਰ ਗੁਰਦੁਆਰਾ। ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਸ਼ਹਿਰ ਦੇ ਇੱਕ ਕੁੜੀ ਸੀਗੇ, ਡੋਟਰ ਸੀਗੇ, ਅਤੇ ਆਈ ਥਿੰਕ ਉਹਨਾਂ ਨੇ ਮੈਰਿਜ ਨਹੀਂ ਕਰਵਾਈ ਸੀ। ਜਿੱਥੇ ਉਹਨਾਂ ਨੇ ਤਪੱਸਿਆ ਕੀਤੀ ਸੀ, ਉੱਥੇ ਬਹੁਤ ਹੀ ਸੋਹਣਾ, ਬਹੁਤ ਹੀ ਵਧੀਆ ਗੁਰੂ ਘਰ ਬਣਿਆ ਹੋਇਆ ਹੈ। ਉੱਥੇ ਇੱਕ ਤਲਾਬ ਵੀ ਹੈ ਜਿੱਥੇ ਆਪਾਂ ਬਹਿ ਕੇ ਮੈਡੀਟੇਸ਼ਨ ਕਰ ਸਕਦੇ ਹਾਂ। ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਉੱਥੇ, ਐਂਡ ਬਹੁਤ ਹੀ ਜ਼ਿਆਦਾ ਖੁੱਲ੍ਹੀ ਡੁੱਲੀ, ਬਹੁਤ ਹੀ ਜ਼ਿਆਦਾ ਵਧੀਆ ਲੋਕੇਸ਼ਨ 'ਤੇ ਖੇਤਾਂ ਦੇ ਵਿੱਚ ਉਹ ਬਣਿਆ ਹੋਇਆ ਹੈ। ਐਂਡ ਹੁਣ ਆਪਾਂ ਗੱਲ ਕਰਦੇ ਹਾਂ ਜੀਓਗ੍ਰਾਫਿਕਲ ਏਰੀਆ ਦੇ ਬਾਰੇ। ਬਰਨਾਲਾ ਹੈਵ 3 ਬਲੋਕਸ, ਬਰਨਾਲਾ ਦੇ ਕੋਲ 3 ਬਲੋਕਸ ਨੇ, 130 ਵਿਲੇਜਸ ਐਂਡ 158 ਗ੍ਰਾਮਸ, 158 ਗ੍ਰਾਮਸ ਨੇ ਐਂਡ 130 ਜਿਹੜੇ ਹੈਗੇ ਆ ਪਿੰਡ ਨੇ, 158 ਗ੍ਰਾਮਸ ਐਂਡ 130 ਵਿਲੇਜਸ। ਜਿਹੜਾ ਬਰਨਾਲਾ ਟੋਟਲ ਜੀਓਗ੍ਰਾਫਿਕਲ ਏਰੀਆ ਹੈਗਾ, ਉਹ ਹੈਗਾ 141,000। ਐਂਡ ਬਰਨਾਲਾ ਜਿਹੜਾ ਪੰਜਾਬ ਦੇ ਮਿਡ ਦੇ ਵਿੱਚ ਲੋਕੇਟਡ ਹੈ। ਬਰਨਾਲਾ ਆਪਣਾ ਬਾਰਡਰ ਬਠਿੰਡਾ ਸੰਗਰੂਰ ਮੋਗਾ ਐਕਸੈਟਰਾ ਇਹਨਾਂ ਨਾਲ ਸ਼ੇਅਰ ਕਰਦਾ, ਐਂਡ ਹੋਰ ਵੀ ਬਹੁਤ ਜ਼ਿਆਦਾ ਸ਼ਾਇਦ ਸ਼ਹਿਰ ਹੈਗੇ ਨੇ, ਬਟ ਜਿੰਨੀ ਕੁ ਮੈਨੂੰ ਨੌਲੇਜ ਸੀ ਉਹਨਾਂ ਮੈਂ ਤੁਹਾਨੂੰ ਦੱਸ ਰਹੀ ਹਾਂ। ਹੁਣ ਆਪਾਂ ਗੱਲ ਕਰਾਂਗੇ ਐਡਮਿਨਿਸਟ੍ਰੇਸ਼ਨ ਦੇ ਬਾਰੇ, ਇਹਦੇ ਵਿੱਚ ਆਪਾਂ ਥੋੜ੍ਹਾ ਬਰੀਫ ਦੇ ਵਿੱਚ ਸਮਝਾਂਗੇ। ਸੋ ਲੈਟਸ ਸੋ ਗਾਈਸ, ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ, ਡਿਪਟੀ ਕਮਿਸ਼ਨਰ ਦੇ ਨੀਚੇ ਆਹ ਸਾਰਾ ਕੁਛ ਆਉਂਦਾ। ਐਂਡ ਪਹਿਲਾਂ ਆਪਾਂ ਸਮਝਦੇ ਹਾਂ ਬਰਨਾਲਾ ਐਂਡ ਤਪਾ ਇਗਜ਼ਾਮਪਲਸ ਨੇ, ਇਹਦੇ ਨੀਚੇ ਇਹ ਸਾਰੇ ਉਹ ਆਉਂਦੇ ਆ। ਇਹ ਬਹੁਤ ਸਾਰੇ ਡਿਪਾਰਟਮੈਂਟਸ ਹੁੰਦੇ ਆ, ਬਟ ਜਿੰਨੇ ਕੁ ਮੈਨੂੰ ਪਤਾ ਸੀ ਉੰਨੇ ਕੁ ਮੈਂ ਇੱਥੇ ਲਿਖੇ ਆ। ਇਹ ਆਪਾਂ ਇਗਜ਼ਾਮਪਲ ਲਿਖੀ ਹੈ PWD, ਇਹ ਹੁੰਦੀ ਹੈ ਰੋਡਸ, ਐਗਰੀਕਲਚਰ ਤੁਹਾਨੂੰ ਪਤਾ ਹੀ ਹੋਊਗਾ, ਖੇਤੀ, ਐਕਸਾਈਜ਼ ਟੈਕਸ, DFSO ਇਹ ਵੀਟ, ਮਤਲਬ ਜਿਵੇਂ ਹੁੰਦਾ ਡੀਪੂ ਹੁੰਦੇ ਨੇ, ਇਲੈਕਸ਼ਨਸ ਵੋਟਸ, DDPO ਇਹ ਵਿਲੇਜ ਹੁੰਦੇ ਆ, ਹੈ ਨਾ, ਪੈਨਸ਼ਨ ਜਿਹੜੀ ਆਪਣੀ ਪੈਨਸ਼ਨ ਹੁੰਦੀ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲੱਗਦੀ ਆ,
ਜਾਂ ਜਿਹੜੇ ਓਲਡ ਏਜ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਬੁਢਾਪਾ ਪੈਨਸ਼ਨ ਲੱਗਦੀ ਆ। ਤਹਿਸੀਲ, ਤੁਸੀਂ ਸੁਣਿਆ ਹੋਊਗਾ ਤਹਿਸੀਲਦਾਰ, ਉਹਦੇ ਰਿਲੇਟਡ ਨੇ ਇਹ। ਚਾਈਲਡ ਵੈਲਫੇਅਰ, ਜੇ ਕਿਸੇ ਚਾਈਲਡ ਨੂੰ ਕੋਈ ਦਿੱਕਤ ਆਉਂਦੀ ਹੈ, ਚਾਈਲਡ ਨੂੰ ਕਿ ਜਿਹੜੇ ਚਾਈਲਡ ਹੁੰਦੇ ਉਹਨਾਂ ਦਾ ਛੋਟੀ ਉਮਰ ਦੇ ਵਿੱਚ ਹੀ ਹੈ ਨਾ ਉਹਨਾਂ ਦਾ ਵਿਆਹ ਕਰ ਦਿੰਦੇ ਆ, ਹੈ ਨਾ ਕੁਛ, ਵੈਸੇ ਹੁਣ ਤਾਂ ਨਹੀਂ ਹੁੰਦਾ ਬਟ ਆਪਾਂ ਕਿਤੇ ਕਿਤੇ ਇਹ ਹੁੰਦਾ ਹੈ, ਤਾਂ ਉਹ ਚਾਈਲਡ ਵੇਅਰ ਡਿਪਾਰਟਮੈਂਟ ਦੇ ਵਿੱਚ ਜਾ ਕੇ ਕਾਲ ਕਰ ਸਕਦੇ ਆ। ਸੇਵਾ ਕੇਂਦਰ, ਜਿੱਥੇ ਆਪਾਂ ਆਧਾਰ ਕਾਰਡ, ਆਪਣੇ ਜ਼ਰੂਰੀ ਡਾਕੂਮੈਂਟਸ ਅਪਲਾਈ ਕਰ ਸਕਦੇ ਹਾਂ। ਦੈਨ ਫਿਸ਼, ਐਨੀਮਲ ਹਸਬੈਂਡਰੀ, ਸੇਵਾ ਕੇਂਦਰ, ਇਹ ਮੈਂ ਦੋ ਵਾਰ ਲਿਖ ਲਿਆ। DPRO, ਇਹ ਪਬਲਿਕ ਰਿਲੇਸ਼ਨ ਹੁੰਦਾ ਗਾ। ਹੋਸਪਿਟਲ, ਆਪਾਂ ਨੂੰ ਸਾਰਿਆਂ ਨੂੰ ਪਤਾ ਹੋਊਗਾ ਹਸਪਤਾਲ। ਲੇਬਰ, ਇਹ ਵੀ ਪਤਾ ਹੋਊਗਾ। ਦੈਨ ਪਾਵਰਕੌਮ, ਦੈਨ ਟਰਾਂਸਪੋਰਟ, ਦੈਨ ਉਸ ਤੋਂ ਬਾਅਦ ਆਉਂਦੇ ਆ ਪੁਲਿਸ ਸਟੇਸ਼ਨ, ਇਹ ਹੁੰਦੇ ਸਾਰੇ SSP ਦੇ ਨੀਚੇ। ਫਿਰ ਆਉਂਦੇ DSP। ਸਿਟੀ 1, ਇਹ ਬਰਨਾਲਾ ਦੇ ਨੇ ਸਾਰੇ। ਸਿਟੀ 1, ਸਿਟੀ 2, ਫਿਰ ਉਹ ਤੋਂ ਬਾਅਦ ਧਨੌਲਾ, ਸਦਰ, BNL। ਉਹ ਤੋਂ ਬਾਅਦ ਤਪਾ ਦੇ ਵਿੱਚ ਇੱਕ ਆਉਂਦਾ ਤਪਾ, ਰੂੜੇ ਕੇ, ਸ਼ੈਣਾ, ਮਹਿਲ ਕਲਾਂ, ਥੁਲੀਵਾਲ, ਟੱਲੇਵਾਲ। ਦੈਨ ਉਹ ਤੋਂ ਬਾਅਦ ਇਹ ਗਰੁੱਪ ਹੁੰਦੇ ਨੇ ਐਂਟੀ ਗੁੰਡਾ ਸਟਾਫ, ਜਿਹੜੇ ਜ਼ਿਆਦਾ ਗੁੰਡਾਗਰਦੀ ਕਰਦੇ ਨੇ ਉਹਨਾਂ ਵਾਸਤੇ। ਨੈਰੋਟਿਕ ਸਟਾਫ, ਇਹ ਡਰੱਗਸ ਵਾਸਤੇ ਹੁੰਦੇ ਨੇ। ਐਂਡ ਦੈਨ ਸਾਈਬਰ ਕ੍ਰਾਈਮ, ਜਿਹੜੇ ਜ਼ਿਆਦਾ ਕ੍ਰਾਈਮ ਕਰਦੇ ਉਹਨਾਂ ਵਾਸਤੇ। ਵੁਮੈਨ ਸੈੱਲ, ਜਿਹੜੀ ਜੇ ਕੋਈ ਵੁਮੈਨ ਨਾਲ ਧੱਕਾ ਹੋ ਰਿਹਾ, ਵੁਮੈਨ ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਤਾਂ ਇਹ ਵੁਮੈਨਸ ਵਾਸਤੇ। ਕੰਟਰੋਲ ਰੂਮ, ਇਹ ਆਲ ਓਵਰ ਹੁੰਦਾ, ਇੱਥੇ ਆਪਾਂ ਕੁਛ ਵੀ ਇੱਥੋਂ ਇਹਨਾਂ ਦੇ ਨੰਬਰ ਨੂੰ ਕਾਲ ਕਰਕੇ ਹੈ ਨਾ ਆਪਾਂ ਆਪਦੀ ਪ੍ਰੋਬਲਮ ਜਿਹੜੀ ਹੈ ਦੱਸ ਸਕਦੇ ਹਾਂ। ਐਂਡ ਦੈਨ ਆਉਂਦਾ ਗਾ ਗ੍ਰਾਮ ਪੰਚਾਇਤ, ਇਹ ਵੈਸੇ ਹੀ ਮੈਂ ਨੌਲੇਜ ਵਾਲੀ ਚੀਜ਼ ਹੈ, ਸਾਰਿਆਂ ਨੂੰ ਸਮਝਣੀ ਚਾਹੀਦੀ ਆ। ਗ੍ਰਾਮ ਪੰਚਾਇਤ, ਜਿਹੜੇ ਸਿੰਪਲ ਵਿਲੇਜ ਹੁੰਦੇ ਆ ਉਹ ਗ੍ਰਾਮ ਪੰਚਾਇਤ ਹੁੰਦੇ ਆ। ਦੈਨ ਨਗਰ ਪੰਚਾਇਤ, ਇਹ ਥੋੜ੍ਹਾ ਜਿਹਾ ਅੱਪ ਆ ਜਾਂਦਾ, ਪਰ ਇਹਦੇ ਪਿੱਛੇ ਵੀ ਪੰਚਾਇਤ ਹੁੰਦਾ, ਤਾਂ ਇਹ ਆ ਜਾਂਦੇ ਆ ਹੰਡਿਆਇਆ, ਜਿਵੇਂ ਹੰਡਿਆਇਆ ਹੋ ਗਿਆ, ਬਰਨਾਲੇ ਦੇ ਕੋਲ ਇੱਕ ਹੰਡਿਆਇਆ ਗਾ। ਦੈਨ ਆ ਜਾਂਦੇ ਨਗਰ ਕੌਂਸਲ 1, ਨਗਰ ਕੌਂਸਲ 1 ਇਹ ਹੈਗਾ ਧਨੌਲਾ, ਜਿਵੇਂ ਆਪਾਂ ਇਗਜ਼ਾਮਪਲ ਲਈ ਧਨੌਲਾ, ਮੈਂ ਬਰਨਾਲੇ ਦੇ ਕੋਲ ਕੋਲ ਜਿਹੜੇ ਹੈਗੇ ਮੈਂ ਉਹਨਾਂ ਦੀ ਇਗਜ਼ਾਮਪਲ ਲਈ ਹੈ, ਕਿਉਂਕਿ ਮੈਨੂੰ ਬਾਹਰ ਦਾ ਜ਼ਿਆਦਾ ਨਹੀਂ ਪਤਾ। ਜਿਵੇਂ ਧਨੌਲਾ, ਧਨੌਲਾ ਜਿਹੜਾ ਹੈਗਾ ਗਾ ਨਾ, ਇਹ ਸਿਟੀ ਵੀ ਹੈ, ਇੱਕ ਸਿਟੀ ਵੀ ਆ ਅਤੇ ਇੱਕ ਇਹ ਇੱਕ ਵਿਲੇਜ ਵੀ ਆ, ਇੱਕ ਸਿਟੀ ਵੀ ਆ ਅਤੇ ਇੱਕ ਵਿਲੇਜ ਵੀ ਆ। ਦੈਨ ਇੱਥੇ ਹੈ ਨਾ ਸਾਰਾ ਕੁਛ ਅਵੇਲੇਬਲ ਹੁੰਦਾ ਗਾ, ਇਹਨੂੰ ਆਪਾਂ ਹੈ ਨਾ ਪੂਰੀ ਤਰ੍ਹਾਂ ਨਾਲ ਵਿਲੇਜ ਵੀ ਨਹੀਂ ਕਹਿ ਸਕਦੇ, ਪੂਰੀ ਤਰ੍ਹਾਂ ਨਾਲ ਸਿਟੀ ਵੀ ਨਹੀਂ ਕਹਿ ਸਕਦੇ, ਮਤਲਬ ਵਿੱਚ ਵਿਚਾਲਾ ਜਿਹਾ ਹੁੰਦਾ ਗਾ। ਨਗਰ ਕੌਂਸਲ 2, ਇਹ ਹੁੰਦਾ ਬਰਨਾਲਾ, ਮਤਲਬ ਇਹ ਬਰਨਾਲਾ ਪ੍ਰੋਪਰ ਸਿਟੀ ਆ ਗਈ, ਜਿੱਥੇ ਜਿਹੜੀ ਪ੍ਰੋਪਰਲੀ ਸਿਟੀ ਹੁੰਦੀ ਆ, ਜਿਹੜੀ ਕਿ ਪ੍ਰੋਪਰਲੀ ਸਿਟੀ ਹੁੰਦੀ ਆ। ਤੋਂ ਬਾਅਦ ਨਗਰ ਨਿਗਮ, ਜਿਵੇਂ ਵੱਡੇ ਸ਼ਹਿਰ ਆ ਗਏ, ਜਿਵੇਂ ਚੰਡੀਗੜ੍ਹ, ਬਠਿੰਡਾ ਐਕਸੈਕਟਰਾ, ਹੋਰ ਵੀ ਬਹੁਤ ਸ਼ਹਿਰ ਨੇ। ਸੋ ਹੁਣ ਆਪਾਂ ਅੱਗੇ ਅਗਲੇ ਟੋਪਿਕਸ 'ਤੇ ਡਿਸਕਸ ਕਰਦੇ ਹਾਂ। ਸੋ ਗਾਈਸ, ਹੁਣ ਆਪਾਂ ਗੱਲ ਕਰਦੇ ਹਾਂ ਪੋਲੀਟੀਕਲ ਹਿਸਟਰੀ, ਮਤਲਬ ਪੋਲੀਟਿਕਸ ਦੀ ਕੀ ਹਿਸਟਰੀ ਰਹੀ ਆ ਬਰਨਾਲੇ ਦੇ ਵਿੱਚ। ਸੋ ਬਰਨਾਲੇ ਦੇ ਜਿਹੜੇ ਇਸ ਤੋਂ ਪਹਿਲਾਂ ਦੇ ਜਿਹੜੇ MLA ਸੀਗੇ ਉਹ ਸੀਗੇ ਕੇਵਲ ਸਿੰਘ ਢਿੱਲੋਂ। ਉਹ ਪੂਰੇ 10 ਸਾਲ ਤੱਕ ਬਰਨਾਲੇ ਦੇ MLA ਰਹੇ ਨੇ, ਐਂਡ ਉਹ ਵੀ ਬਰਨਾਲਾ ਤੋਂ ਹੀ ਨੇ। ਐਂਡ ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲਾ, ਉਹ ਆਪਣੇ ਪੰਜਾਬ ਦੇ CM ਵੀ ਰਹਿ ਚੁੱਕੇ ਨੇ, ਅਤੇ ਉਹ ਵੀ ਬਰਨਾਲਾ ਤੋਂ ਹੀ ਨੇ। ਐਂਡ ਦੈਨ ਹੁਣ ਆਪਾਂ ਗੱਲ ਕਰਦੇ ਹਾਂ ਪੋਲੀਟਿਕਸ ਪ੍ਰੈਜ਼ੈਂਟ। ਸੋ ਹੁਣ ਆਪਣੇ ਜਿਹੜੇ ਬਰਨਾਲੇ ਦੇ ਪ੍ਰੈਜ਼ੈਂਟ MLA ਹੈਗੇ ਨੇ ਉਹ ਹੈਗੇ ਗੁਰਮੀਤ ਸਿੰਘ ਮੀਥਿਅਰ। ਇਸ ਤੋਂ ਪਹਿਲਾਂ ਵੀ ਮਤਲਬ
ਹੁਣ ਇਲੈਕਸ਼ਨਸ 3 ਸਾਲ ਪਹਿਲਾਂ ਹੋਈਆਂ ਸੀ, 3 ਸਾਲ ਤੋਂ ਪਹਿਲਾਂ ਵੀ 5 ਸਾਲ ਤੱਕ ਉਹੀ ਆਪਣੇ ਬਰਨਾਲੇ ਦੇ MLA ਰਹੇ ਨੇ, ਐਂਡ ਹੁਣ ਐਜ਼ ਵੈਲ ਐਜ਼ ਉਹ ਪੰਜਾਬ ਦੇ ਸਪੋਰਟਸ ਮਿਨਿਸਟਰ ਵੀ ਨੇ, ਐਂਡ ਉਹ ਵੀ ਬਰਨਾਲਾ ਤੋਂ ਹੀ ਨੇ। ਹੁਣ ਆਪਾਂ ਗੱਲ ਕਰਦੇ ਹਾਂ ਫੇਮਸ ਪਲੇਸ ਬਰਨਾਲੇ ਦੀ ਹੈਗੀ ਆ, ਜਿਵੇਂ ਫੇਮਸ ਇੱਥੇ ਰੈਸਟੋਰੈਂਟ ਵੀ ਹੈਗੇ ਨੇ ਜਿਵੇਂ ਰੇਡੀਅੰਟ ਪਲਾਜ਼ਾ, ਵਿਜ਼ਿਟ ਹੋਟਲ, ਐਂਡ ਬਹੁਤ ਸਾਰੇ ਇੱਥੇ ਹੋਟਲਸ, ਰੈਸਟੋਰੈਂਟਸ, ਐਂਡ ਮੰਦਰ, ਗੁਰਦੁਆਰੇ, ਜਿਵੇਂ ਹੈ ਨਾ ਮੰਦਰ ਹੋ ਗਿਆ, ਗੀਤਾ ਭਵਨ ਹੋ ਗਿਆ, ਪੰਜਾਤੀ ਮੰਦਰ ਹੋ ਗਿਆ, ਬਾਬਾ ਬੰਸੀ ਵਾਲਾ ਮੰਦਰ ਹੋ ਗਿਆ, ਐਂਡ ਇੱਥੇ ਹੋਰ ਗੁਰੂ ਘਰ ਵੀ ਬਹੁਤ ਨੇ ਜਿਵੇਂ ਨਾਮਦੇਵ, ਬੀਬੀ ਪ੍ਰਧਾਨ ਕੌਰ, ਹੋਰ ਵੀ ਬਹੁਤ ਨੇ। ਐਂਡ ਉਸ ਤੋਂ ਬਾਅਦ ਆਉਂਦਾ ਈਸਟਰਨ ਪਲਾਜ਼ਾ ਜੋ ਕਿ ਬਹੁਤ ਜ਼ਿਆਦਾ ਫੇਮਸ ਹੈ, ਜਿਹਨੂੰ ਜ਼ਿਆਦਾ ਲੋਕ ਆਊਟਲੈਟ ਦੇ ਨਾਮ ਤੋਂ ਜਾਣਦੇ ਨੇ। ਈਸਟਰਨ ਪਲਾਜ਼ਾ ਦੇ ਵਿੱਚ ਫੂਡ ਕੋਰਟ ਦੇ ਵਿੱਚ ਸਵਾਗਤਮ, ਹਲਦੀਰਾਮ, ਨਿਕ ਬੇਕਰਸ, ਐਂਡ ਸਵਾਗਤਮ, ਹਲਦੀਰਾਮ, ਨਿਕ ਬੇਕਰਸ, ਸੱਬੇ, ਸੋਰੀ, ਪਿਰਾਮਿਡ, KFC, ਮੈਕਡੋਨਲਡਸ, ਬਰਗਰ ਕਿੰਗ, ਐਂਡ ਹੋਰ ਵੀ ਬਹੁਤ ਨੇ, ਬਹੁਤ ਜ਼ਿਆਦਾ ਨੇ। ਮੈਂ ਇਹਨਾਂ ਦਾ ਨਾਮ ਨਹੀਂ ਇੱਥੇ ਲੈ ਸਕਦੀ ਕਿਉਂਕਿ ਬਹੁਤ ਜ਼ਿਆਦਾ ਨੇ। ਜਿਵੇਂ B13 ਵੀ ਹੈਗਾ ਉੱਥੇ, ਐਂਡ ਉੱਥੇ ਸ਼ੇਕਸ, ਜੇ ਆਪਾਂ ਗੱਲ ਕਰੀਏ ਸ਼ੇਕਸ ਦੀ, ਉੱਥੇ ਸ਼ੇਕਸ ਦੇ ਵੀ ਇੱਕ ਅਲੱਗ ਸਟੋਲ ਲੱਗੀ ਹੋਈ ਹੈ। ਐਂਡ ਉਸ ਤੋਂ ਬਾਅਦ ਆਉਂਦੇ ਉੱਥੇ ਸਟਾਰਬਕਸ, ਦਾ ਕੋਫੀ ਬੀਨ, ਜਿੱਥੇ ਕੋਫੀ ਬੀਨ 'ਚ ਆਪਾਂ ਕੋਫੀ ਪੀ ਸਕਦੇ ਹਾਂ, ਸਟਾਰਬਕਸ ਆਪਾਂ ਅਲੱਗ ਅਲੱਗ ਟਾਈਪ ਦੀ ਡਰਿੰਕਸ ਪੀ ਸਕਦੇ ਹਾਂ, ਜਿਵੇਂ ਚੋਕਲੇਟ ਸ਼ੇਕ ਹੋ ਗਏ ਆ, ਕੋਫੀ ਹੋ ਗਈ, ਸਟਾਰਬਕਸ ਦੀ ਕੋਫੀ ਬਹੁਤ ਜ਼ਿਆਦਾ ਵਧੀਆ ਹੁੰਦੀ ਆ। ਐਂਡ ਉਸ ਤੋਂ ਬਾਅਦ ਉੱਥੇ ਜੇ ਸ਼ੋਪਸ ਦੀ ਗੱਲ ਕਰੀਏ, ਕੱਪੜੇ ਦੀ ਸ਼ੋਪਸ ਦੀ ਗੱਲ ਕਰੀਏ, ਪਿਊਮਾ, ਜੂਡੀਓ, ਐਂਡ ਐਡੀਡਾਸ, ਅਲੱਗ ਅਲੱਗ ਤਰ੍ਹਾਂ ਦੀ ਬਹੁਤ ਜ਼ਿਆਦਾ ਤਰ੍ਹਾਂ ਦੇ ਉੱਥੇ ਸ਼ੋਪਸ ਨੇ, ਕਲੋਥ ਦੀ ਸ਼ੋਪਸ ਉੱਥੇ ਸਭ ਤੋਂ ਵੱਧ ਨੇ, ਅਤੇ ਮੈਨੂੰ ਹੁਣ ਸਾਰਿਆਂ ਦੇ ਨਾਮ ਵੀ ਨਹੀਂ ਪਤਾ। ਐਂਡ ਉੱਥੇ ਹੈਗੇ ਇੱਕ ਸਮੈਸ਼ ਗੇਮ ਔਨ, ਜਿੱਥੇ ਹੈ ਨਾ ਆਪਾਂ ਬਹੁਤ ਸਾਰੇ, ਜਿੱਥੇ ਟ੍ਰੈਂਪੋਲਿੰਗ, ਬੋਲਿੰਗ, ਐਕਸੈਕਟਰਾ ਐਕਸੈਕਟਰਾ, ਬਹੁਤ ਸਾਰੀਆਂ ਗੇਮਸ ਨੇ, ਜਿੱਥੇ ਸਕਰੀਨ 'ਚੋਂ ਕ੍ਰਿਕਟ ਆਉਂਦੀ ਆ, ਸੋਰੀ ਸਕਰੀਨ 'ਚੋਂ ਬੋਲ ਆਉਂਦੀ ਆ, ਉੱਥੋਂ ਉੱਥੇ ਆਪਾਂ ਕ੍ਰਿਕਟ ਖੇਡ ਸਕਦੇ ਹਾਂ। ਐਂਡ ਹੋਰ ਵੀ ਉੱਥੇ ਬਹੁਤ ਸਾਰੀਆਂ ਗੇਮਸ ਨੇ। ਐਂਡ ਉੱਥੇ ਇੱਕ ਲੇਕ ਵੀ ਆ ਉੱਥੇ ਹੈ ਨਾ, ਉਹਦੇ ਉੱਥੇ ਆਪਾਂ ਬਹੁਤ ਤਰ੍ਹਾਂ ਦੀ ਰਾਈਡਸ ਲੈ ਸਕਦੇ ਹਾਂ, ਬੈਲੂਨ ਦੇ ਵਿੱਚ ਉੱਥੇ ਰਾਈਡਸ ਲੈ ਸਕਦੇ ਆਪਾਂ, ਉੱਥੇ ਸ਼ਿਪ ਦੇ ਵਿੱਚ ਰਾਈਡ ਲੈ ਸਕਦੇ ਹਾਂ, ਉੱਥੇ ਆਪਾਂ ਸ਼ਿਪ ਨਹੀਂ ਕਹਿ ਸਕਦੇ, ਬੋਟ ਦੇ ਵਿੱਚ ਰਾਈਡ ਲੈ ਸਕਦੇ ਹਾਂ। ਐਂਡ ਉੱਥੇ ਆਪਾਂ ਬੋਟ, ਬਾਈਕ, ਇਹ ਚੀਜ਼ਾਂ 'ਚ ਰਾਈਡ ਲੈ ਸਕਦੇ ਹਾਂ। ਐਂਡ ਮੈਨੂੰ ਉੱਥੇ ਰਾਈਡ ਤੋਂ ਜ਼ਿਆਦਾ ਵਧੀਆ ਲੱਗਦਾ ਗਾ ਉਹਦੇ ਆਲੇ ਦੁਆਲੇ ਚੱਕਰ ਕੱਟਣਾ, ਬਿਕੋਜ਼ ਉੱਥੇ ਬਹੁਤ ਜ਼ਿਆਦਾ ਮੈਡੀਟੇਸ਼ਨ ਮਿਲਦੀ ਹੈ। ਰਾਤ ਨੂੰ ਉੱਥੇ ਜਾਣਾ ਬਹੁਤ ਵਧੀਆ ਲੱਗਦਾ ਮੈਨੂੰ ਕਿਉਂਕਿ ਰਾਤ ਨੂੰ ਉੱਥੇ ਲਾਈਟਿੰਗ ਬਹੁਤ ਅੱਛੀ ਹੁੰਦੀ ਆ, ਅਤੇ ਮੈਂ ਦਿਨੇ ਤਾਂ ਸਿਰਫ ਇੱਕ ਵਾਰੀ ਗਈ ਹਾਂ, ਬਾਕੀ ਜਿੰਨਾ ਟਾਈਮ ਗਈ ਹੈ ਮੈਂ ਰਾਤ ਨੂੰ ਗਈ ਹਾਂ। ਐਂਡ ਉੱਥੇ ਉਹਨੂੰ ਲੋਕ, ਕੁਛ ਲੋਕ ਨੇ ਜਿਹੜੇ, ਸਾਰੇ ਨਹੀਂ, ਕੁਛ ਲੋਕ ਨੇ ਉਹਨੂੰ ਮਿੰਨੀ ਕੈਨੇਡਾ ਵੀ ਕਹਿੰਦੇ ਨੇ, ਉਹ ਮੈਨੂੰ ਵੀ ਮਿੰਨੀ ਕੈਨੇਡਾ ਹੀ ਲੱਗਦਾ ਗਾ ਕਿਉਂਕਿ ਉੱਥੇ ਇਸ ਤਰ੍ਹਾਂ ਦਾ ਹੀ ਬਣਿਆ ਹੋਏਗਾ ਅੰਦਰੋਂ। ਐਂਡ ਅੱਜ ਵਾਸਤੇ ਇੰਨਾ ਹੀ, ਫਿਰ ਮਿਲਦੇ ਹਾਂ, ਰਾਧੇ ਰਾਧੇ, ਜੈ ਸ਼੍ਰੀ ਕ੍ਰਿਸ਼ਨ।